ਕਿਉਂ ਸਰਪੰਚਾ ਬਹਿ ਜਾ ਕਰਾਉਣੀ ਪੈਣੀ ਬਹਿ ਜਾ ਬਹਿ ਜਾ ਜੇ ਹੁਣ ਨਾ ਕਰਾਈ ਬਹਿ ਜਾ ਨੀ ਦੱਸ ਦੇ ਕਰਾਵਾਂਗੇ ਕਦੋਂ ਜੇ ਕਿ ਮੈਂ ਇਹ ਥਾਣੇ ਕਚਹਿਰੀਆਂ ਨਾ ਵੇਖੇ ਜੋ ਸਮਝਿਆ ਨਾ ਕੌਣ ਸੀ ਗਾੜੀ ਹੈ ਤੁਹਾਡੇ ਪਾਸ ਗਾੜੀ ਬ੍ਰਾਂਡ ਰੱਖੀ ਹੋਈ ਹੈ ਮੈਨੇ ਕਾਫਲੇ ਚ ਰੱਖੀਆਂ ਕਰਦਾਂਗੇ ਉਹ ਕਰਦਾਂਗੇ ਕਿਉਂ ਉਹ ਗਾਣਾ ਨੀ ਸੁਣਿਆ ਇੱਥੇ ਹੀ ਆ ਮੈਂ ਕਿੱਥੇ ਨੇ ਉਹ ਅਸੀਂ ਤਾਂ ਇੱਥੇ ਹੀ ਕਿੱਥੇ ਨੇ ਅਸੀਂ ਤਾਂ ਇੱਥੇ ਹੀ ਕਿੱਥੇ ਨੇ ਵੇਖੋ ਜੀ ਜਿਹੜਾ ਇਹ ਟਰੈਕਟਰ ਹੈ ਹਾਂਜੀ ਇਹਨੂੰ ਤਾਂ ਜਿਵੇਂ ਆਪਾਂ ਕਹਿੰਦੇ ਬੱਬਰ ਸ਼ੇਰ ਆ ਇਹਦਾ ਫਿਰ ਬੱਬਰ ਸ਼ੇਰ ਹੀ ਹੈ ਪਰ ਇਹ ਟਰੈਕਟਰ ਵਰਗਾ ਅੱਜ ਤੱਕ ਜ਼ਿੰਦਗੀ 'ਚ ਟਰੈਕਟਰ ਨਹੀਂ ਬਣਿਆ ਜਦੋਂ ਮੇਰਾ ਪੇਗ ਲੱਗਿਆ ਹੋਵੇ ਮੇਰੇ ਟਰੈਕਟਰ ਮੂਹਰੇ ਨੀ ਆਉਣਾ ਉੱਤੋਂ ਆਤੋਂ ਦਾ ਨੀ ਪਤਾ ਟਾਇਰ ਜਹਾਜ਼ੀ ਪਾਏ ਹੋਣੇ ਦੂਜੇ ਪਿੰਡ ਅਸੀਂ ਮੈਦਾਨ ਚ ਆਵਾਂਗੇ ਤੇ 10 ਗੁਣਾ ਜ਼ਿਆਦਾ ਤਿਆਰੀ ਨਾਲ ਆਵਾਂਗੇ ਮੈਡਮ ਮੈਂ ਸ਼ੌਕ ਨਾਲ ਰੱਖੇ ਨੇ ਸ਼ੌਕ ਦੀ ਕੋਈ ਪ੍ਰਾਈਸ ਨੀ ਹੁੰਦੀ ਸੁਣਿਆ ਨੀ ਪੰਜਾਬੀ ਵਿੱਚ ਕਿ ਸ਼ੌਕ ਦਾ ਕੋਈ ਮੁੱਲ ਨੀ ਤੁਸੀਂ ਐ ਦੇਖੋ ਐਡੇ ਐਡੇ ਸਪੀਕਰ ਨਾ ਵੀ ਇਕੱਲੇ ਡਰਾਈਵਰ ਨੂੰ ਸੁਣ ਸਕਦੇ ਠੀਕ ਹੈ ਪਿਛਲੇ ਪਾਸੇ ਕੱਖਾਂ ਵਾਲੀ ਰੇੜੀ ਜਿੱਡੇ ਲਾਈ ਬੈਠੇ ਆ ਉਹ ਕਹਿੰਦਾ ਮੈਨੂੰ ਤਾਂ ਇਹ ਨੀ ਪਤਾ ਲੱਗਦਾ ਵੀ ਉਹ ਕਰਦੇ ਕੀ ਆ ਦਮ 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 ਜਦੋਂ ਸਵਰਾਜ ਨਾਲ ਬਾਣ ਬਾਉਣੇ ਆ ਤਾਂ ਇਹ ਫਕਾਰਾ ਦੂਜੇ ਪਿੰਡ ਤੱਕ ਸੁਣਾਉਂਦਾ ਉਹ ਤੂੰ 855 ਨੂੰ ਦੱਬਣ ਦੀਆਂ ਗੱਲਾਂ ਕਰਦਾ ਉਹ ਲੋੜ ਤਾਂ ਛੋਟੇ ਤੋਂ 735 ਵੀ ਨਹੀਂ ਆਉਂਦਾ ਓਏ ਅੱਜ ਕੱਲ ਆ ਝੋਟੇ ਦੇ ਬੈਰ ਵੀ ਬਹੁਤ ਬਣ ਗਏ ਹਾਏ ਆਏ ਦਿਨ ਬੁੰਨੇ ਆ ਪੜਾ ਕੇ ਰੱਖ ਦੋ ਪਰੂ ਨਹੀਂ ਠੀਕ ਦੇ ਦਿਵਾਲੀ ਔਰ ਨਾਲ ਬਾਤੇ ਵੱਡੇ ਅੱਧੇ ਪਿੰਡ ਦੇ ਕਾਲਜ ਮਚਾਦੇ ਉਹਨੇ ਦੀ ਤੇਰੀ ਵੀ ਬਸ ਸਕੂਟੀ ਨਹੀਂ ਅਸੀਂ ਜਿੰਨੇ ਪੈਸੇ ਦੇ ਉੱਤੇ ਲਾਦੇ ਪਰ ਕੀ ਨਾ ਮਿੱਤਰਾਂ